ਸਿੰਘ ਜੀ, ਕੀ ਗੱਲ ਹੋਈ ਸਰ? ਹਾਂਜੀ, ਅਸੀਂ ਕੰਪਨੀ ਵਿੱਚ ਗਏ ਸੀ 19 ਜਨਵਰੀ ਨੂੰ, ਮਦਰ ਅਲਫਾਲਕ ਸਿਕਿਉਰਿਟੀ ਕੰਪਨੀ ਸੀਗੀ। ਉੱਥੇ ਜਾ ਕੇ ਪਹਿਲਾਂ ਸਾਨੂੰ ਉਹਨੇ 10 ਦਿਨ ਰੂਮ ਦੇ ਵਿੱਚ ਬਿਠਾ ਲਿਆ, ਫਿਰ ਉਹਨੇ ਸਾਨੂੰ ਡਿਊਟੀ 'ਤੇ ਚਾੜਿਆ। ਉਸ ਤੋਂ ਬਾਅਦ ਅਸੀਂ ਡਿਊਟੀ ਕੀਤੀ ਮਹੀਨਾ ਇੱਕ, ਅਤੇ ਸਾਨੂੰ ਪਤਾ ਲੱਗਾ 10 ਫਰਵਰੀ ਨੂੰ ਸਾਡਾ ਰਵਾਬ ਭੱਜ ਗਿਆ ਆ, ਅਤੇ ਸਾਰੇ ਮੁੰਡੇ ਅਸੀਂ ਉੱਥੇ ਖੱਜਲ ਖਰਾਬ ਹੋਏ ਹਾਂ। ਸਰ, ਤੁਸੀਂ ਮਿਡਲ 'ਚ ਆਓ ਜਰਾ। ਪਿੱਛੇ ਪਿੱਛੇ ਹੋਇਓ ਆਪ, ਸਾਨੂੰ ਬਿਠਾ ਲਿਆ, ਫਿਰ ਉਹਨੇ ਸਾਨੂੰ ਡਿਊਟੀ 'ਤੇ ਚਾੜਿਆ। ਉਸ ਤੋਂ ਬਾਅਦ ਅਸੀਂ ਡਿਊਟੀ ਕੀਤੀ ਮਹੀਨਾ ਇੱਕ, ਅਤੇ ਸਾਨੂੰ ਪਤਾ ਲੱਗਾ 10 ਫਰਵਰੀ ਨੂੰ ਸਾਡਾ ਰਵਾਬ ਭੱਜ ਗਿਆ ਆ, ਅਤੇ ਸਾਰੇ ਮੁੰਡੇ ਅਸੀਂ ਉੱਥੇ ਖੱਜਲ ਖਰਾਬ ਹੋਏ ਹਾਂ। ਅਸੀਂ ਮਦਰ ਅਲਫਾਲ ਕੰਪਨੀ ਸੀ, 85 ਮੁੰਡੇ ਸੀਗੇ ਟੋਟਲ, ਉਹਦੇ ਵਿੱਚੋਂ 30 ਪੰਜਾਬੀ ਮੁੰਡੇ ਸੀਗੇ। ਅਸੀਂ ਫਿਰ ਗੁਰਦੁਆਰਾ ਸਾਹਿਬ ਗਏ ਹਾਂ, ਅਤੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਸਾਨੂੰ ਬਰਾਏ ਸਾਹਿਬ ਦਾ ਨੰਬਰ ਦਿੱਤਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨਾਲ ਕੰਟੈਕਟ ਹੋਇਆ ਸਾਡਾ, ਸਾਨੂੰ ਮਿਲੇ ਆ ਕੇ, ਅਤੇ ਉਹਨਾਂ ਨੇ ਸਾਡਾ ਸਾਰਾ ਰਹਿਣ ਦਾ ਖਾਣ ਦਾ ਸਾਰਾ ਸਾਨੂੰ ਲੈ ਕੇ ਉਹੀ ਜਾਂਦੇ ਸੀਗੇ, ਉਹਨੇ ਸਾਰਾ ਪ੍ਰਬੰਧ ਕੀਤਾ। ਕਿੰਨੇ ਮੁੰਡੇ ਸੀ ਟੋਟਲ, ਤੇ ਕਿੱਥੋਂ ਕਿੱਥੋਂ ਜਾਣਾ ਹੁੰਦੇ ਸੀ? ਭਾਜੀ, ਕੋਈ ਹੁਸ਼ਿਆਰਪੁਰ ਦੇ ਸੀਗੇ, ਹਿਮਾਚਲ ਦੇ ਸੀਗੇ, ਕੋਈ ਹਰਿਆਣੇ ਦੇ ਸੀਗੇ। ਹੁਣ ਕਿੰਨੀ ਖੁਸ਼ੀ ਹੋ ਰਹੀ? ਹਾਂਜੀ ਭਾਜੀ, ਹੁਣ ਤਾਂ ਖੁਸ਼ੀ ਆ ਜੀ। ਉੱਥੇ ਸਾਡੇ ਕੋਲ ਕੁਛ ਵੀ ਨਹੀਂ ਸੀਗਾ ਰਹਿਣ ਨੂੰ, ਨਾ ਸਾਡੇ ਕੋਲ ਪੈਸੇ ਸੀਗੇ ਆ, ਸਾਰਾ ਕੁਛ ਹੀ ਨਹੀਂ, ਬਰਾਏ ਸਾਹਿਬ ਨੇ ਕੰਮ ਕੀਤਾ ਭਾਜੀ। ਅਸੀਂ 1,70,000 ਰੁਪਇਆ ਦੇ ਕੇ ਗਏ ਸੀਗੇ, ਬਾਕੀ ਟਿਕਟ ਸਾਡੀ ਆਪਣੀ ਸੀਗੀ, 2,00,000 ਲੱਗ ਗਿਆ ਸੀਗਾ ਸਾਡਾ ਭਾਜੀ। ਏਜੰਟ ਭਾਜੀ ਸਾਡਾ ਨਾਲ ਹੀ ਪਿੰਡ ਆ ਭਾਲਟਾ, ਉੱਥੇ ਦਾ ਏਜੰਟ ਸੀਗਾ ਭਾਜੀ। ਹੁਣ ਸੁਨੇਹਾ ਇਹੀ ਦੇਵਾਂਗੇ, ਉੱਥੇ ਵੀ ਕੰਮ ਡੁਬਈ 'ਚ ਵਿੱਚ ਵੀ ਹਾਲਾਤ ਮਾੜੇ ਹੀ ਆ ਜੀ। ਮੈਂ ਭਾਜੀ ਮਾਲਪੁਰ ਤੋਂ। ਬਿਕਰਨ ਜੋਸ਼ੀ ਨਾਮ ਹੈ ਜੀ ਮੇਰਾ। ਆਪਣਾ ਨਾਮ ਦੱਸ ਕੇ ਭਾਜੀ ਦਿਖਾਓ। ਬਿਕਰਨ ਜੋਸ਼ੀ ਨਾਮ ਹੈ ਜੀ ਮੇਰਾ। ਮੈਂ ਡਿਸਟ੍ਰਿਕਟ ਗੁੰਡਾ ਦਾ ਰਹਿਣ ਵਾਲਾ ਜੀ। ਮੈਂ 6 ਜਨਵਰੀ ਨੂੰ ਗਿਆ ਸੀ ਬਾਹਰ ਡੁਬਈ, ਠੀਕ ਹੈ। ਵਿੱਕੀ ਚਾਂਦਲਾ ਏਜੰਟ ਹੈ ਸਾਡਾ, ਆਪਾਂ ਨੰਗਲ ਤੋਂ, ਠੀਕ ਹੈ ਜੀ। ਹੁਣ 7,65,000 ਰੁਪਏ ਲਿਆ ਸਾ, ਅਤੇ ਸਾਨੂੰ ਕਹਿੰਦਾ ਸਕਿਉਰਿਟੀ ਗਾਰਡ ਜੋਬ ਹੈ ਤੁਹਾਡੀ, ਅਤੇ 2,200 ਸੈਲਰੀ, 2,000 ਸੈਲਰੀ ਸਾਨੂੰ ਲਾਈ ਸੀ ਜੀ। ਅਸੀਂ 1.5-2 ਮਹੀਨੇ ਡਿਊਟੀ ਵੀ ਕੀਤੀ ਮਹੀਨਾ, ਅਤੇ ਉਹ ਤੋਂ ਬਾਅਦ ਸਾਡਾ ਰਵਾਬ ਉੱਥੇ ਤੋਂ ਭੱਜ ਗਿਆ ਜੀ, ਠੀਕ ਹੈ ਜੀ। ਅਸੀਂ ਫਿਰ ਸਾਨੂੰ ਕੈਂਪ ਤੋਂ ਬਾਹਰ ਕੱਢਿਆ ਗਿਆ, ਅਸੀਂ ਫਿਰ ਸੜਕਾਂ 'ਤੇ ਆ ਗਏ ਜੀ, ਠੀਕ ਹੈ ਜੀ। ਫਿਰ ਗੁਰਦੁਆਰਾ ਸਾਹਿਬ ਗਏ, ਠੀਕ ਹੈ ਜੀ। ਉੱਥੇ ਸਾਨੂੰ ਹੈਲਪ ਮਿਲੀ ਅਬਰੋਜ ਸਰ ਦੀ, ਜਿਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ, ਜਿਹਨੇ ਸਾਨੂੰ ਰੱਬ ਦਾ ਰੂਪ ਬਣ ਕੇ ਸਾਨੂੰ ਮਿਲੇ। ਇਹਨੇ ਸਾਨੂੰ ਰਹਿਣ ਲਈ ਛੱਤ ਦਵਾਈ, 3 ਟਾਈਮ ਖਾਣਾ ਦਵਾਇਆ ਸਾਨੂੰ, ਇਹਨੇ ਬਗੈਰ ਸਾਡੀ ਟਿਕਟਾਂ ਵਗੈਰਾ ਸਾਰਾ ਖਰਚਾ ਇਹਨੇ ਕਰਵਾਇਆ ਜੀ, ਠੀਕ ਹੈ ਜੀ। ਅਬਰੋਜ ਸਾਹਿਬ ਦਾ ਕਿਵੇਂ ਸੰਪਰਕ ਹੋਇਆ? ਇਹਨਾਂ ਕੰਟੈਕਟ ਕੀਤਾ ਜੀ, ਉੱਥੇ ਗੁਰਦੁਆਰਾ ਸਾਹਿਬ ਗਏ, ਉੱਥੇ ਸਾਨੂੰ ਦੱਸਿਆ ਕਿ ਬੰਦੇ ਨੇ ਵੀ ਨੰਬਰ ਲਿਆ ਉੱਥੇ ਦੇ ਗੁਰਦੁਆਰਾ ਸਾਹਿਬ ਤੋਂ, ਉਹਨਾਂ ਦਾ ਅਬਰੋਜ ਸਾਹਿਬ ਦਾ, ਫਿਰ ਉਹਨਾਂ ਕੰਟੈਕਟ ਕੀਤਾ, ਸਾਡੇ ਕੋਲ ਆਏ ਸੀ ਅਬਰੋਜ ਸਾਹਿਬ ਨਾਲ ਉੱਥੇ ਗੁਰਦੁਆਰਾ ਸਾਹਿਬ। ਉੱਥੇ ਆਏ ਤਾਂ 1907, ਫਿਰ 8 ਬੰਦੇ ਉੱਦਣੇ ਭੇਜਦੇ ਸਾਡੇ, ਹੁਣ ਅਸੀਂ 21 ਮੁੰਡੇ ਰਹਿ ਗਏ ਥੇ ਜੀ, ਹੁਣ 16 ਮੁੰਡੇ ਆ, 14 ਮੁੰਡੇ ਅੱਜ ਆਏ ਜੀ, ਸਾਡੇ 5 ਮੁੰਡੇ ਹਾਲਾਂ ਵੀ ਉੱਥੇ ਫਸੇ ਆ ਜੀ। ਉਹਨਾਂ ਦੇ ਉਹ ਵੀ ਸਾਡੀ ਤਰ੍ਹਾਂ ਹੀ ਫਸੇ ਆ ਜੀ, ਉਹਨਾਂ ਦਾ ਦੇਖੋ ਕੰਮ ਕਾਦ ਹੁੰਦਾ ਕੱਲ੍ਹ ਜਾਂ ਪਰਸੋਂ ਤੱਕ। ਨਹੀਂ, ਕਾਗਜ਼ ਪੱਤਰ ਬਹੁਤ ਔਖੇ ਜੀ ਬਣਨੇ, ਅਸੀਂ ਵੀ 4-5 ਦਿਨ ਹੋ ਗਏ ਘੁੰਮਦੇ ਹਾਂ, ਚੱਕਰ ਕੱਟਦੇ ਹਾਂ, ਕਦੀ ਇੱਧਰ ਜਾ ਕਦੀ ਉੱਧਰ ਜਾ, ਬਹੁਤ ਨੱਠਭੱਠ ਕੀਤੀ ਜੀ ਅਸੀਂ। ਸਾਡੇ ਕੋਲ ਰਹਿਣ ਛੱਤ ਨਹੀਂ ਸੀ ਜੀ, ਨਾਲ 2,000 ਰੁਪਈਆ ਕਿਸੇ ਦੇ ਬੱਚੇ ਜੀ। ਕਿੰਨੇ ਪੈਸੇ ਲੈ ਕੇ ਗਏ ਸੀ ਤੁਸੀਂ ਨਾਲ, ਦੇ ਕਿੰਨੇ ਏਜੰਟ ਨੇ ਕਿੰਨੇ ਪੈਸੇ ਲਏ? ਏਜੰਟ ਨੇ ਲਿਆ ਤੇ 1,65,000 ਰੁਪਇਆ, ਅਤੇ ਬਾਕੀ 10-20,000 ਰੁਪਇਆ 20,000 ਕੋਲ ਵੀ ਲੈ ਗਏ ਤੇ ਜੀ, 2,00,000 ਤਾਂ ਸਮਝ ਹੋਏ ਗਿਆ ਜੀ ਸਾਰੇ। ਨਹੀਂ, ਅਸੀਂ ਨੰਗਲ ਤੋਂ ਵਿੱਕੀ ਚਾਂਦਲੇ ਕੋਲ 4 ਬੰਦੇ ਆਏ ਸੀ ਜੀ, ਠੀਕ ਹੈ ਜੀ। ਉਹ 19 ਦੇ ਜੀ, 19 ਨੰਗਲ ਦੇ ਜੀ, ਬਾਕੀ ਹੁਸ਼ਿਆਰਪੁਰ ਮਾਲਪੁਰ ਇੱਧਰ ਦੇ ਹੈਗੇ ਜੀ। ਅੱਜ ਕਿੰਨੀ ਖੁਸ਼ੀ ਹੋ ਰਹੀ ਤੁਹਾਨੂੰ? ਅੱਜ ਬਹੁਤ ਖੁਸ਼ੀ ਹੋ ਰਹੀ, ਮੱਥਾ ਟੇਕਿਆ ਜੀ, ਪਹਿਲਾਂ ਆ ਗਏ ਅਸੀਂ ਇੱਥੇ ਆਪਣੀ ਧਰਤੀ ਮਾਂ ਨੂੰ ਆ ਗਏ, ਠੀਕ ਹੈ ਜੀ। ਅਸੀਂ ਕਹਿੰਦੇ ਬਾਹਰ ਜਾਓ, ਬਟ ਦੇਖ ਸੁਣ ਕੇ ਜਾਓ ਜਿੱਦਾਂ ਵੀ ਜਾਣਾ, ਬਾਕੀ ਏਜੰਟਾਂ ਬਾਰੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਾਡੇ ਪੈਸੇ ਦਾ ਸਾਫ਼ ਕੀਤਾ ਜਾਵੇ ਸਾਡੇ ਦਾ। ਨਹੀਂ ਜੀ, ਕਦੀ ਵੀ ਨਹੀਂ ਆ ਸਕਦੇ ਸੀ ਜੀ, ਕਦੀ ਵੀ ਨਹੀਂ। ਅਬਰੋਜ ਸਰ ਸਾਨੂੰ ਰੱਬ ਦਾ ਰੂਪ ਬਣ ਕੇ ਮਿਲੇ ਜੀ ਇੱਥੇ, ਸਾਡਾ ਬਹੁਤ ਹੈਲਪ ਕੀਤੀ ਸਾਨੂੰ ਜੀ, ਬਹੁਤ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨ ਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ।
पंडित काशीराम जी, अज ही फोन करो।